गुरदासपुर ਦੇ ਵਿੱਚ ਸਰਕਾਰੀ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਸਥਿਤ ਪੁੱਡਾ ਕਲੋਨੀ ਦੇ ਵਿੱਚ ਵੱਡੀ ਗਿਣਤੀ ਚ ਨੌਜਵਾਨ ਇਕੱਠਾ ਹੋਣੇ ਸ਼ੁਰੂ ਹੋਏ ਜਿਸ ਨੂੰ ਦੇਖਦੇ ਹੋਏ ਕਲੋਨੀ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਮੌਕੇ ਤੇ ਭਾਰੀ ਪੁਲਿਸ ਫੋਰਸ ਤੈਨਾਤ ਹੋਈ। ਇਕੱਠਾ ਹੋਏ ਨੌਜਵਾਨਾਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ। ਨੌਜਵਾਨ ਆਪਣੇ ਮੋਟਰਸਾਈਕਲ ਗੱਡੀਆਂ ਉੱਥੇ ਹੀ ਛੱਡ ਕੇ ਮੌਕੇ ਤੋਂ ਭੱਜ ਨਿਕਲੇ। ਜਾਂਚ ਅਧਿਕਾਰੀ ਨੇ ਕਿਹਾ ਕਿ ਮੋਟਰਸਾਈਕਲ ਤੇ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਨੇ। ਇਹਨਾਂ ਵਿਦਿਆਰਥੀਆਂ ਤੇ ਹੁਣ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਊਗਾ। ਇੱਕ ਵਾਰ ਫਿਰ ਤੋਂ ਇਹ ਦੇਖੋ ਤਸਵੀਰਾਂ, ਦੇਖੋ ਦੋ ਤਸਵੀਰਾਂ ਨੇ ਤੁਹਾਡੀ ਟੀਵੀ ਸਕਰੀਨ ਤੇ। ਗੁਰਦਾਸਪੁਰ ਤੋਂ ਇਹ ਤਸਵੀਰਾਂ ਨੇ, ਗੁਰਦਾਸਪੁਰ ਦੇ ਵਿੱਚ ਸਰਕਾਰੀ ਕਾਲਜ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਪ੍ਰਧਾਨਗੀ ਨੂੰ ਲੈ ਕੇ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਸਥਿਤ ਪੁੱਡਾ ਕਲੋਨੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਕੱਠਾ ਹੋਣੇ ਸ਼ੁਰੂ ਹੋਏ ਤੇ ਦੇਖਦੇ ਦੇਖਦੇ ਕਲੋਨੀ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਤਾਂ ਭੋਪਾਲ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ। ਭੋਪਾਲ ਕੀ ਜਾਣਕਾਰੀ ਹੈ, ਲੋਕ ਇਹ ਵਿਦਿਆਰਥੀ ਕਿਉਂ ਉੱਥੇ ਇਕੱਠਾ ਹੋਏ, ਪੁਲਿਸ ਵੱਲੋਂ ਖਦੇੜਿਆ ਗਿਆ ਉਹਨਾਂ ਨੂੰ, ਹੁਣ ਕਿਸ ਕਦਰ ਕਾਰਵਾਈ ਨੂੰ ਅੰਜਾਮ ਦਿੱਤਾ ਜਾਏਗਾ ਪੁਲਿਸ ਦੇ ਵੱਲੋਂ? ਬਿਲਕੁਲ ਗਗਨ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੀ ਪ੍ਰਧਾਨਗੀ ਦਾ ਇਹ ਮਾਮਲਾ ਹੈ। ਪ੍ਰਧਾਨਗੀ ਚੱਲ ਰਹੀ ਸੀ ਜਿਸ ਨੂੰ ਲੈ ਕੇ ਨਾਲ ਲੱਗਦੀ ਕਲੋਨੀ ਦੇ ਵਿੱਚ ਨੌਜਵਾਨ ਜਿਹੜੇ ਸੀ ਦੋਨਾਂ ਹੀ ਧੜਿਆਂ ਦੇ ਇਕੱਠਾ ਹੋਣੇ ਸ਼ੁਰੂ ਹੋ ਗਏ। ਜਦ ਨੌਜਵਾਨ ਇਕੱਠਾ ਹੋਣੇ ਸ਼ੁਰੂ ਹੋ ਗਏ ਤੇ ਕਲੋਨੀ ਵਾਲਿਆਂ ਨੂੰ ਲੱਗਾ ਕਿ ਇਹ ਕਿਤੇ ਨਾ ਕਿਤੇ ਕੋਈ ਵੱਡੀ ਇੱਥੇ ਘਟਨਾ ਨੂੰ ਅੰਜਾਮ ਨਾ ਦੇ ਦੇਣ, ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰਕੇ ਇਤਲਾਹ ਦਿੱਤੀ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹਨਾਂ ਨੌਜਵਾਨਾਂ ਨੂੰ ਖਦੇੜਿਆ। ਉੱਥੋਂ ਕਈਆਂ ਦੇ ਹੱਥਾਂ ਦੇ ਵਿੱਚ ਰਵਾਇਤੀ ਹਥਿਆਰ ਵੀ ਪੁਲਿਸ ਨੂੰ ਨਜ਼ਰ ਆਏ, ਤਾਂ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੌਜਵਾਨਾਂ ਨੂੰ ਉੱਥੋਂ ਖਦੇੜਿਆ ਤੇ ਨੌਜਵਾਨ ਆਪਣੇ ਮੋਟਰਸਾਈਕਲ ਅਤੇ ਗੱਡੀਆਂ ਛੱਡ ਕੇ ਉੱਥੋਂ ਫਰਾਰ ਹੋ ਗਏ। ਹੁਣ ਜਿਹੜੀ ਗੁਰਦਾਸਪੁਰ ਪੁਲਿਸ ਸਿਟੀ ਥਾਣਾ ਪੁਲਿਸ ਹੈ ਉਸ ਦੇ ਵੱਲੋਂ ਗੱਡੀਆਂ ਦੇ ਨੰਬਰ ਜਾਂ ਉਹਨਾਂ ਦੇ ਆਰਸੀਆਂ ਚੈੱਕ ਕਰਕੇ ਤੇ ਉਹਨਾਂ ਦੇ ਮਾਲਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਉਹਨਾਂ ਨੌਜਵਾਨਾਂ ਦੀ ਪਹਿਚਾਣ ਕੀਤੀ ਜਾਵੇਗੀ। ਜੀ ਜੀ। ਤੇ ਕੁੱਲ ਮਿਲਾ ਕੇ ਕਿੰਨੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ? ਜੀ ਹਾਲੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਉਹਨਾਂ ਦੇ ਵੱਲੋਂ ਜਿਹੜੇ ਨੌਜਵਾਨ ਉੱਥੇ ਪਹੁੰਚੇ ਹੋਏ ਸੀ, ਜਿਹੜੇ ਆਪਣੇ ਮੋਟਰਸਾਈਕਲ ਜਾਂ ਫਿਰ ਆਪਣੀਆਂ ਕਾਰਾਂ ਛੱਡ ਕੇ ਫਰਾਰ ਹੋਏ ਨੇ, ਉਹਨਾਂ ਮੋਟਰਸਾਈਕਲਾਂ ਦੀ ਤੇ ਕਾਰਾਂ ਦੀ ਜਾਂਚ ਕਰਦਿਆਂ ਹੋਇਆਂ ਉਹਨਾਂ ਦੇ ਪਰਿਵਾਰਾਂ ਤੱਕ ਸੰਪਰਕ ਕੀਤਾ ਜਾਵੇਗਾ ਪੰਜਾਬ ਪੁਲਿਸ ਦੇ ਵੱਲੋਂ। ਉਸ ਤੋਂ ਬਾਅਦ ਹੀ ਬੰਦੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਰ ਕੋਈ ਕਲੋਨੀ ਵਾਲਾ ਅਟੈਕ ਕਰਦਾ ਹੈ ਤਾਂ। ਜੀ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਭੋਪਾਲ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ।